ਚਲੋ ਜੀ ਆ ਚੱਪਾਂ ਸੀਡ ਲਾਉਣੀ ਦੱਸਾਂਗੀ ਮੈਂ ਤੁਹਾਨੂੰ ਸੀਡੇ ਲਾਵਾਂ ਸੀਡੇ ਤੇ ਨਾਲ-ਨਾਲ ਅਸੀਂ ਸਿੰਕ੍ਰੋਨਾਈਜੇਸ਼ਨ ਕਰਨ ਵਾਸਤੇ ਸੀਡ ਲਾ ਰਹੇ ਹਾਂ ਤੇ ਸੀਡ ਦੇ ਨਾਲ ਆਪਾਂ ਉਹਨੂੰ ਲਾ ਰਹੇ ਹਾਂ ਵੈਟੇਡ ਦਾ ਇੰਜੈਕਸ਼ਨ ਤੇ ਨਾਲ ਹੀ ਰਿਸੈਪਟਰ ਲਾ ਦਾਂਗੇ ਅਸੀਂ ਤੇ ਆਪਾਂ ਕਰਾਂਗੇ ਆਪਾਂ ਤਿੰਨ ਨੂੰ ਇਸ ਟਾਈਮ ਸੀਡ ਲਾਵਾਂਗੇ 800 ਰੁਪਏ ਦੇ ਰੌਂਡ ਅਬਾਊਟ ਸੀਡੇ ਦਾ ਪ੍ਰਾਈਸ ਹੈ ਆ ਜੋ ਸਾਡੇ ਕੋਲ ਪੈਕੇਟ ਹੈ ਇਹਦੇ ਵਿੱਚ 10 ਸੀਡਰ ਆਉਂਦੀਆਂ ਨੇ 8000 ਦਾ ਪੈਕੇਟ ਆਂਦਾ ਹੈ ਇਹਨਾਂ ਆਪਾਂ ਅੱਜ ਯੂਜ਼ ਕਰ ਲਾਂਗੇ ਇੱਕ ਨੂੰ ਅਸੀਂ ਕੱਲ ਸੀਡਰ ਲਾਵਾਂਗੇ ਤੇ ਇਹ ਆ ਜੋ ਤੁਸੀਂ ਹਰੀਜੀ ਦੇਖ ਰਹੇ ਹੋ ਇਹ ਸੀਡਰ ਗਨ ਹੁੰਦੀ ਹੈ ਇਹਦੇ ਨਾਲ ਹੀ ਸੀਡਰ ਲਗਾਈ ਜਾਂਦੀ ਹੈ ਤੇ ਹੁਣ ਆਪਾਂ ਵੈਟੇਡ ਦਾ ਨਾਲ ਇੰਜੈਕਸ਼ਨ ਆਪਾਂ ਸਪਲੀਮੈਂਟ ਦੇਣੇ ਆ ਕਿਉਂਕਿ ਇਹ ਫਰਟੀਲਿਟੀ ਪਾਵਰ ਇਨਕਰੀਸ ਕਰਦਾ ਹੈ 컨ਸੈਪਸ਼ਨ ਪਾਵਰ ਨੂੰ ਇਨਕਰੀਸ ਕਰੇਗਾ ਉਹਦੀ ਤੇ ਆਪਾਂ 079 ਵਾਲੀ ਸਿੰਕ੍ਰੋਨਾਈਜੇਸ਼ਨ ਕਰਾਂਗੇ ਤੇ ਗਲਵਚੜਾ ਲਿਆ ਗਲਚੜਾ ਕਿਆ ਤੁਸੀਂ ਦੇਖੋ ਹੁਣ ਸੀਡਰ ਨੇ ਸਾਰੀਆਂ ਸੀਡਰ ਹੁਣ ਕੱਢ ਕੇ ਤੇ ਫੇਰ ਮੈਂ ਅੱਗੇ ਤੁਹਾਨੂੰ ਦੱਸਾਂਗੀ ਕਿ ਸੀਡਰ ਲੋਡ ਕਿਵੇਂ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਨੂੰ ਸੀਡਰ ਦੇ ਬਾਰੇ ਦੇ ਵਿੱਚ ਨਹੀਂ ਪਤਾ ਕਿ ਸੀਡਰ ਹੁੰਦੀ ਕੀ ਹੈ ਇਸ ਵੀਡੀਓ ਦੇ ਐਂਡ ਦੇ ਵਿੱਚ ਮੈਂ ਸੀਡਰ ਦੇ ਉੱਤੇ ਪੂਰੀ ਡਿਟੇਲ ਵੀਡੀਓ ਪਹਿਲਾਂ ਤੋਂ ਇੱਕ ਬਣਾਈ ਹੋਈ ਹੈ ਉਹਦੀ ਲਿੰਕ ਮੈਂ ਤੁਹਾਨੂੰ ਦੀਤਵਾਂਗੀ ਉਹ ਤੁਸੀਂ ਲਿੰਕ ਜ਼ਰੂਰ ਇੱਕ ਵਾਰੀ ਦੇਖ ਲਿਓ ਤਾਂ ਕਿ ਤੁਹਾਨੂੰ ਪੂਰਾ ਸੀਡੇ ਦੇ ਬਾਰੇ ਇਨਫੋਰਮੇਸ਼ਨ ਮਿਲ ਸਕੇ ਤੇ ਹੁਣ ਗਾਂਦੇ ਵਿੱਚ ਸੀਡਲ ਲੋਡ ਹੋ ਚੁੱਕੀ ਐ ਤੇ ਮੈਂ ਭਰਾਂਗੀ ਆਪਣਾ ਵੈਟੇਡ ਦਾ ਇੰਜੈਕਸ਼ਨ ਤੇ ਆਪਾਂ ਸੀਡਲ ਲਾਉਣ ਤੋਂ ਬਾਅਦ ਫਿਰ ਉਹਨੂੰ ਵੈਟੇਡ ਦਾ ਇੰਜੈਕਸ਼ਨ ਲਾਵਾਂਗੇ ਇੱਕ ਪਾਸੇ ਤੇ ਨਾਲ ਆਪਾਂ ਉਹਨੂੰ ਲਾਵਾਂਗੇ ਰਿਸੈਪਟਰ ਤੇ ਖਾਸ ਕਰ ਸੀਡਰ ਕੱਢਣ ਤੋਂ ਬਾਅਦ ਤੁਸੀਂ ਉਸਦੇ ਜੋ ਬਾਕੀ ਵਾਲੇ ਪੈਕੇਟ ਹੈ ਉਸਨੂੰ ਤੁਸੀਂ ਬੰਦ ਕਰ ਦੇਣਾ ਤੇ ਸੀਡਰ ਗੰਨ ਨੂੰ ਤੁਸੀਂ ਪਹਿਲਾਂ ਤੋਂ ਸੈਨੀਟਾਈਜ਼ ਕਰਕੇ ਹੀ ਯੂਜ਼ ਕਰਨਾ ਤੇ ਫਿਰ ਚਲੋ ਚਲਦੇ ਆਂ ਗਾਂ ਸਾਡੀ ਬੱਜੀ ਹੋਈ ਹੈ ਇਹਦੇ ਵਿੱਚ ਕੀ ਹੈ ਕਿ ਹੁਣ ਤੁਹਾਨੂੰ ਜਿਵੇਂ ਪਤਾ ਕਿ ਮਾਰਚ ਐਂਡ ਹੋਣ ਦੇ ਨੇੜੇ ਤੇ ਆ ਗਿਆ ਮਾਰਚ ਤੱਕ ਹੁਣ ਸਾਡੀ ਕੋਸ਼ਿਸ਼ ਸੀ ਕਿ ਅਸੀਂ ਨੈਚੁਰਲ ਦੀ ਵੇਟ ਕਰਦੇ ਪਏ ਹਾਂ ਜੋ ਵੀ ਨੇਚਰਲੀ ਹੁਣ ਹੀਟ ਦੇ ਵਿੱਚ ਨਹੀਂ ਆ ਰਹੀ ਜਾਂ ਜੇ ਕੋਈ ਰਿਪੀਟ ਕਰ ਰਹੀ ਹੈ ਤੇ ਅਸੀਂ ਉਹਨੂੰ ਸਿੰਕ੍ਰੋਨਾਈਜੇਸ਼ਨ ਦੇ ਪ੍ਰੋਟੋਕਾਲ ਦੇ ਨਾਲ 컨ਸੈਪਸ਼ਨ ਦੇਵਾਂਗੇ ਤੁਹਾਨੂੰ ਮੇਰਾ ਟਾਰਗੇਟ ਤੇ ਯਾਦ ਹੀ ਹੋਏਗਾ ਮੇਰਾ ਟਾਰਗੇਟ ਸੀ 100% 컨ਸੈਪਸ਼ਨ ਲੈਣਾ ਇਸ ਵਾਰ ਉਸੇ ਟਾਰਗੇਟ ਨੂੰ ਅਚੀਵ ਕਰਦੇ ਹੋਏ ਹੁਣ ਜਸਰਾਜ ਕਾਲਾ ਪੈ ਗਿਆ ਕਿ ਨਹੀਂ ਮੈਂ ਫੜਾਫੜ ਇੰਜੈਕਸ਼ਨ ਭਰੋ ਤੇ ਫਿਰ ਉਹਨੂੰ ਲਾਓ ਤੇ ਆਪਾਂ ਸੀਡਰ ਹੁਣ ਮੈਂ ਤੁਹਾਨੂੰ ਦੱਸਾਂਗੀ ਗਾਂ ਦੇ ਅੰਦਰ ਇਨਸਰਟ ਕਿਵੇਂ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਆ ਯੂਟਰਸ ਵੇਖ ਲਓ ਲੱਭ ਲਓ ਜੇ ਕਿਸੇ ਨੂੰ ਏਆਈ ਨਹੀਂ ਕਰਨੀ ਆਂਦੀ ਤੇ ਯੂਟਰਸ ਫੜਨਾ ਨਹੀਂ ਆਂਦਾ ਤਾਂ ਪਲੀਜ਼ ਕਿਸੇ ਚੰਗੇ ਡਾਕਟਰ ਦੇ ਕੋਲੋਂ ਸੀਡਰ ਅਖਵਾ ਲਓ 079 ਵੜੀ ਸਿੰਕ੍ਰੋਨਾਈਜੇਸ਼ਨ ਅਸੀਂ ਸੀਡਰ ਦੇ ਨਾਲ ਕਰਨੀ ਪਸੰਦ ਕਰਦੇ ਆ ਕਿਉਂਕਿ ਨਾਰਮਲੀ ਜੋ ਗਾਵਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਪ੍ਰੋਜੈਸਟੇਰੋਨ ਹਾਰਮੋਨ ਦੀ ਘਾਟ ਆ ਜਾਂਦੀ ਹੈ ਹੁਣ ਜਿਵੇਂ ਗ੍ਰੀਨ ਗ੍ਰਾਸ ਵਗੈਰਾ ਜ਼ਿਆਦਾ ਖਾਂਦੀਆਂ ਨੇ ਗ੍ਰੀਨ ਗ੍ਰਾਸ ਤੇ ਕਰਕੇ ਜਾਂ ਇਹਦੀ ਡਾਈਟ ਕੁਛ ਐਹੋ ਜਿਹੀ ਹੋ ਜਾਂਦੀ ਹੈ ਜਿਹਦੇ ਕਰਕੇ ਐਸਟ੍ਰੋਜਨ ਹਾਰਮੋਨ ਦਾ ਲੈਵਲ ਹਮੇਸ਼ਾ ਜ਼ਿਆਦਾ ਰਹਿੰਦਾ ਹੈ ਤੁਸੀਂ ਨੋਟਿਸ ਕੀਤਾ ਹੋਵੇਗਾ ਜਿੱਦੂ ਵੀ ਤੁਸੀਂ ਈਆਈ ਕਰਦੇ ਹੋ ਜਾਂ ਤੁਹਾਡੀ ਗਾਂ ਹੀਟ ਤੇ ਵਿਚ ਆਂਦੀ ਹੈ ਹੀਟ ਤੋਂ ਆਉਣ ਤੋਂ 2-3 ਦਿਨ ਬਾਅਦ ਬਲੱਡ ਮਾਰਦੀ ਹੈ ਨਹੀਂ ਬਲੱਡੀ ਡਿਸਚਾਰਜ ਦਿੰਦੀ ਹੈ ਨਹੀਂ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਗਾਂ ਜਾਂ ਤੁਹਾਡੀ ਹੀਫਲ ਜੋ ਹੈਗੀ ਹੈ ਉਹ ਪ੍ਰੋਜੈਸਟਰੋਨ ਡੈਫੀਸ਼ੀਐਂਟ ਹੈ ਉਹਨੂੰ ਪ੍ਰੋਜੈਸਟਰੋਨ ਦੀ ਘਾਟ ਹੈ ਤੇ ਸੀਡਰ ਦਾ ਕੰਮ ਬਸ ਇਹੀ ਹੁੰਦਾ ਹੈ ਜੀ ਉਹਦੇ ਸਰੀਰ ਦੇ ਅੰਦਰ ਉਹਦੀ ਬਾਡੀ ਦੇ ਅੰਦਰ ਹੌਲੀ-ਹੌਲੀ ਪ੍ਰੋਜੈਸਟਰੋਨ ਨੂੰ ਵਧਾਉਣਾ ਹੋਣ ਜੀ ਵੇ ਤੁਸੀਂ ਪ੍ਰੋਜੈਸਟਰੋਨ ਦਾ ਜਿਹੜਾ ਇੰਜੈਕਸ਼ਨ ਲਾ ਦਿੰਦੇ ਹੋ ਜਿਹਨੂੰ ਤੁਸੀਂ ਠੰਡਾ ਟੀਕਾ ਕਹਿੰਦੇ ਹੋ ਉਹ ਕੀ ਕਰਦਾ ਹੈ ਕਿ ਬਲੱਡ ਦੇ ਵਿੱਚ ਇੱਕਦਮ ਪ੍ਰੋਜੈਸਟਰੋਨ ਨੂੰ ਸ਼ੂਟ ਆਊਟ ਕਰ ਦਿੰਦਾ ਪਰ ਸੀਡ ਦੇ ਨਾਲ ਇਦਾਂ ਦਾ ਕੁਝ ਨਹੀਂ ਹੁੰਦਾ ਸੀਡਰ ਬਹੁਤ ਹੀ ਹੌਲੀ-ਹੌਲੀ ਜਿੱਦਾਂ ਨਾਰਮਲੀ ਸਰੀਰ ਦੇ ਵਿੱਚ ਪ੍ਰੋਜੈਸਟਰੋਨ ਦਾ ਲੈਵਲ ਵਧਦਾ ਹੈ ਨਾ ਗਾਂ ਦਾ ਉਦਾਂ-ਉਦਾਂ ਹੀ ਸੀਡਰ ਹੌਲੀ-ਹੌਲੀ ਪ੍ਰੋਜੈਸਟਰੋਨ ਰਿਲੀਜ਼ ਕਰ ਦਿਆ ਹੁਣ ਆ ਤੁਸੀਂ ਦੇਖੋ ਆਪਾਂ ਉਹਦੀ ਯੂਟਰਸ ਦੇ ਅੰਦਰ ਗੱਣ ਨੂੰ ਇਨਸਰਟ ਕਰ ਦਿੱਤਾ ਹੈ ਹੁਣ ਗਾਂ ਜਦੋਂ ਅੰਦਰ ਚਲ ਜਾਂਦੀ ਹੈ ਨਾ ਇਹਦੇ ਬਾਹਰ ਹੀ ਕਿਤਾ ਗਾਲਮਖਦਾ ਰਹਿੰਦਾ ਹੈ ਠੀਕ ਹੈ ਉਹ ਤਾਂ ਗਾ ਹਮੇਸ਼ਾ ਬਾਹਰ ਹੀ ਰਹੇਗਾ ਆਪਾਂ ਜ਼ੀਰੋ ਡੇ ਦੇ ਉੱਤੇ ਸੀਡਲ ਲਾਣੇ ਆ ਨਾਲ ਇਹਨੂੰ ਰਿਸੈਪਟ ਲਾਣੇ ਆ ਤੇ ਸੱਤਵੇਂ ਦਿਨ ਅਸੀਂ ਸੀਡਲ ਨੂੰ ਕੱਢ ਦਾਂਗੇ ਮਤਲਬ ਇਹ ਸਾਡੀ ਗਾਂ ਦੇ ਅੰਦਰ 7 ਦਿਨ ਰਹੇਗੀ ਤੇ ਸਾਡੀ ਹੀ ਫਰਵੀ ਹੈ ਜੋ ਕਨਸੀਵ ਨਹੀਂ ਕੀਤੀ ਸੀ ਆਪਾਂ ਨੂੰ EI ਕਰਾਈ ਸੀ ਤੇ ਹੁਣ ਆਪਾਂ ਦੁਬਾਰਾ ਉਹਨੂੰ ਨੇਚਰਲੀ ਨਹੀਂ ਖਿਰਾਵਾਂਗੇ ਅਸੀਂ ਉਹਨੂੰ ਸਿੰਕ੍ਰੋਨਾਈਜੇਸ਼ਨ ਦੇ ਵਿੱਚ ਪਾ ਰਹੇ ਹਾਂ ਤੇ ਉਹਨੂੰ ਸੀਡਾ ਲਾ ਕੇ ਸਿੰਕ੍ਰੋਨਾਈਜੇਸ਼ਨ ਕਰਦੇ ਹਾਂ ਕਿਉਂਕਿ ਜਦੋਂ ਉਹ ਹੀਟ ਦੇ ਵਿੱਚ ਆਂਦੀ ਹੈ ਉਹ ਬਲੱਡ ਦਾ ਡਿਸਚਾਰਜ ਤੇ ਹੁੰਦੀ ਹੈ ਤੇ ਉਹਦੇ ਵਿੱਚ ਐਸਟ੍ਰੋਜਨ ਬੜਾ ਹੀ ਸ਼ੂਟ ਆਊਟ ਕਰ ਜਾਂਦਾ ਇਸੇ ਕਰਕੇ ਉਹਨੂੰ ਸੀਡਨ ਨਾਲ ਪ੍ਰੋਜੈਸਟਰੋਨ ਉਹਦਾ ਬੈਲੈਂਸ ਕਰਕੇ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਤੇ ਫਿਰ ਆਪਾਂ ਉਹਨੂੰ ਕਨਸੀਵ ਕਰਾਵਾਂਗੇ ਇਹਦੇ ਨਾਲ ਕੀ ਹੈ ਕਿ ਕਨਸੈਪਸ਼ਨ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਤੇ ਆ ਜੋ ਪਿੱਛੇ ਤੁਸੀਂ ਬਲੂ ਵਾਲਾ ਦੇਖ ਰਹੇ ਹੋ ਇਹੇ ਬਲੂ ਵਾਲਾ ਪਿੱਛੇ ਧਾਗਾ ਹੁੰਦਾ ਜੋ ਕਿ ਰਹਿ ਜਾਂਦਾ ਤੇ ਫਿਰ ਆਪਾਂ ਇਸ ਨੂੰ ਛੱਡ ਦਾਂਗੇ ਤੇ ਇਸੇ ਧਾਗੇ ਦੇ ਨਾਲ ਅਸੀਂ ਸਤਵੇਂ ਦਿਨ ਸੀਡਰ ਬਾਰ ਕਰਾਂਗੇ ਤੇ ਇੱਕ ਗੱਲ ਦਾ ਤੁਸੀਂ ਖਿਆਸ ਖਿਆਲ ਰੱਖਿਓ ਕਿ ਇਹ ਜੋ ਧਾਗਾ ਹੁੰਦਾ ਨਾ ਸੀਡਰ ਦੇ ਪਿੱਛੇ ਇਹ ਨਾ ਥੋੜਾ ਲੰਬਾ ਹੁੰਦਾ ਹੈ ਠੀਕ ਹੈ ਹੀ ਫਰਸਨਾ ਥੋੜੀਆਂ ਜ਼ਿਆਦਾ ਐਕਟਿਵ ਜਿਆ ਰਹਿੰਦੀਆਂ ਨੇ ਤੇ ਉਹ ਕੀ ਕਰਦੀਆਂ ਨੇ ਕਿ ਦੂਸਰੀ ਕੋਈ ਵੀ ਬੱਚੀ ਹੈ ਨਾ ਆਹ ਦੇਖੋ ਤੁਸੀਂ ਆਹ ਦੇਖੋ ਕਿੰਨਾ ਲੰਬਾ ਧਾਗਾ ਹੈ ਇਹਨੂੰ ਅਸੀਂ ਹੁਣ ਕੱਟ ਦਾਂਗੇ ਕੱਟ ਕੇ ਨਾ ਛੋਟਾ ਕਰ ਦਾਂਗੇ ਕਿਉਂਕਿ ਇਹ ਕੀ ਕਰਦੀਆਂ ਨੇ ਕਿ ਮੂੰਹ ਦੇ ਨਾਲ ਫਿਰ ਸੀਡਰ ਬਾਹਰ ਕਰ ਦਿੰਦੀਆਂ ਨੇ ਫਿਰ ਉਹ ਕੰਮ ਖਰਾਬ ਹੋ ਜਾਂਦਾ ਹੈ ਕਿਉਂਕਿ 7 ਦਿਨ ਇਸ ਤੋਂ ਇਸ ਨੂੰ ਸੀਡੇ ਨੂੰ ਇਸਦੇ ਅੰਦਰ ਰਹਿਣਾ ਚਾਹੀਦਾ ਹੈ ਤੇ ਆਹ ਦੇਖੋ ਇਹ ਤੇ ਬਹੁਤ ਹੀ ਜ਼ਿਆਦਾ ਹਮੇਸ਼ਾ ਪਿੱਛੇ ਪਈ ਰਹਿੰਦੀ ਹੈ ਦੀ ਤੇ ਹੀ ਫਸ ਦੇ ਵਿੱਚ ਖਾਸ ਕਰਕੇ ਤੁਸੀਂ ਇਸ ਨੂੰ ਛੋਟਾ ਕਰਕੇ ਤੇ ਫਿਰ ਛੱਡ ਦੇਣਾ ਤਾਂ ਕਿ ਕੋਈ ਦੂਸਰੀ ਗਾਂ ਜਾਹੀ ਫਰ ਤੋਂ ਇਸ ਤੇ ਸੀਡਰ ਨਾ ਖੱਡੇ ਤੇ ਬਾਕੀ ਨਾਰਮਲੀ ਲੱਗੀ ਰਹਿੰਦੀ ਹੈ ਬਹੁਤ ਹੀ ਘੱਟ ਚਾਂਸ ਹੁੰਦਾ ਹੈ ਕਿ ਕਿਸੇ ਦੀ ਸੀਡ ਥੋੜੀ ਬਹੁਤ ਬਾਹਰ ਆਂਦੀ ਹੈ ਜੇ ਕਿਸੇ ਦੀ ਆਏਗੀ ਵੀ ਬਾਹਰ ਤਾਂ ਤੁਸੀਂ ਉਸ ਨੂੰ ਫਿਰ ਅੰਦਰ ਇਨਸਰਟ ਕਰਕੇ ਤੇ